ਕਾਜਲ ਜੀ, ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਅਤੇ ਤੁਸੀਂ ਵੇਖ ਰਹੇ ਹੋ ਦਾ ਸਟਰੇਟ ਲਾਈਨ ਨਿਊਜ਼। ਮੈਂ ਨਾ ਗੱਲ ਕਰਨ ਆਈ ਹਾਂ ਅੱਜ ਟ੍ਰੈਫਿਕ ਲਾਈਟ ਦੀ। ਮੈਂ ਕੈਮਰਾਮੈਨ ਨੂੰ ਜ਼ਰਾ ਕਹਿ ਦਾਂ ਟ੍ਰੈਫਿਕ ਲਾਈਟ ਵਾਲੀ ਸਾਈਡ ਜਿਹੜਾ ਮਾਰ ਦੇ ਕੈਮਰਾ, ਅਤੇ ਟ੍ਰੈਫਿਕ ਲਾਈਟ ਵੀ ਮੈਨੂੰ ਦੇਖ ਕੇ ਕਹਿੰਦੀ ਤਵਲੀਨ ਕੌਰ ਤੂੰ ਤਾਂ ਆ ਗਈ ਮੇਰੀ ਗੱਲ ਕਰਨ, ਪਰ ਕਮੈਂਟ 'ਚ ਤੈਨੂੰ ਪੁਲਿਸ ਵਾਲੇ ਗਾਲਾਂ ਕੱਢਦੇ। ਮੈਂ ਕਿਹਾ ਕੋਈ ਚੱਕਰ ਨਹੀਂ, ਕੱਢਣ ਤੋਂ ਪੁਲਿਸ ਵਾਲਿਆਂ ਨੂੰ ਗਾਲਾਂ, ਪਰ ਮੇਰਾ ਕੰਮ ਹੈ ਟ੍ਰੈਫਿਕ ਲਾਈਟ ਦੀ ਗੱਲ ਕਰਨਾ। ਤੁਸੀਂ ਉਹਨੇ ਟ੍ਰੈਫਿਕ ਲਾਈਟ ਦੇਖ ਲਓ ਜਿਹੜੀ ਕੰਮ ਬਿਲਕੁਲ ਨਹੀਂ ਕਰਦੀ ਹੈ। ਤੁਸੀਂ ਹੁਣ ਕਹਿ ਰਹੇ ਹੋ ਨਾ ਕੰਮ ਕਰਦੀ ਹੈ, ਪੀਲੀ ਬੱਤੀ ਚੱਲ ਰਹੀ ਹੈ, ਪੀਲੀ ਬੱਤੀ ਤਾਂ ਚੱਲ ਰਹੀ ਹੈ, ਸਵੇਰੇ ਤੋਂ ਲੈ ਕੇ ਸ਼ਾਮੀ ਤੱਕ ਇੱਥੇ ਪੀਲੀ ਬੱਤੀ ਚੱਲਦੀ ਹੈ, ਔਰ ਕੋਈ ਬੱਤੀ ਨਹੀਂ ਚੱਲਦੀ। ਹੁਣ ਇਹ ਨਾ ਕਹੋ ਕਿ ਟ੍ਰੈਫਿਕ ਲਾਈਟ ਕੰਮ ਕਰਦੀ ਹੈ, ਅਤੇ ਨਾਲੇ ਅੱਗੇ ਪਿੱਛੇ ਮੈਂ ਕੈਮਰਾਮੈਨ ਨੂੰ ਜ਼ਰਾ ਕਹਿ ਦਾਂ ਅੱਗੇ ਪਿੱਛੇ ਘੁਮਾਈ, ਇੱਥੇ ਇੰਨੀਆਂ ਟ੍ਰੈਫਿਕ ਲਾਈਟਾਂ ਲਾਈਆਂ ਹੋਈਆਂ ਨੇ ਜਗ੍ਹਾ ਜਗ੍ਹਾ 'ਤੇ, ਜਿਵੇਂ ਨਾ ਵਿਆਹ ਵਾਲੇ ਘਰ ਨਾ ਲੜੀਆਂ ਨਹੀਂ ਲਾਉਂਦੇ ਲੋਕ ਲਾਈਟ ਵਾਲੀਆਂ, ਉਸ ਤਰ੍ਹਾਂ ਇਹ ਰੈੱਡ ਲਾਈਟਾਂ ਹਰ ਜਗ੍ਹਾ 'ਤੇ ਲਾਈਆਂ ਹੋਈਆਂ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਟ੍ਰੈਫਿਕ ਲਾਈਟਾਂ ਹਰ ਜਗ੍ਹਾ ਲਾਈਆਂ ਹੋਈਆਂ। ਸ਼ਾਲਾਮਾਰ ਦੇਖ ਲਓ, ਸ਼ਾਲਾਮਾਰ ਕੀ ਹੈ, ਉੱਪਰ ਲੱਗੀ ਟ੍ਰੈਫਿਕ ਲਾਈਟ 'ਤੇ ਥੱਲੇ ਖੜੀ ਹੁੰਦੀ ਹੈ ਗੱਡੀ, ਅਤੇ ਟ੍ਰੈਫਿਕ ਲਾਈਟ ਵੀ ਨਾ ਉਹਨੂੰ ਬੋਲ ਰਹੀ ਹੁੰਦੀ ਗੱਡੀ ਵਾਲੇ ਨੂੰ, ਭਾਈ ਅੱਗੇ ਲੰਘ ਜਾ, ਮੈਂ ਤਾਂ ਖੜੀ ਹਾਂ ਅੱਗੇ ਲੰਘ ਜਾ, ਥੋੜ੍ਹੀ ਮੇਰੇ 'ਤੇ ਸ਼ਰਮ ਕਰ ਲੈ। ਮਤਲਬ ਇੰਨਾ ਬੁਰਾ ਹਾਲ ਹੈ, ਕਿਤੇ ਵੀ ਕੋਈ ਵੀ ਟ੍ਰੈਫਿਕ ਲਾਈਟ ਹੈ ਜਿਹੜੀ ਉਹ ਨਹੀਂ ਚੱਲਦੀ ਹੈ, ਅਤੇ ਇੱਕ ਸਾਡੇ ਟ੍ਰੈਫਿਕ ਪੁਲਿਸ ਵਾਲੇ ਉਹ ਵੀ ਆ ਕੇ ਟ੍ਰੈਫਿਕ ਲਾਈਟਾਂ ਦੇ ਥੱਲੇ ਖੜੇ ਹੋ ਜਾਂਦੇ ਨੇ। ਟ੍ਰੈਫਿਕ ਲਾਈਟ ਤਾਂ ਕਰਕੇ ਲਾਈ ਸੀ ਕਿ ਜਿਹੜੀ ਟ੍ਰੈਫਿਕ ਲਾਈਟ ਹੈ ਉਹ ਲੋਕਾਂ ਨੂੰ ਜਿਹੜਾ ਇਹ ਕੰਜੈਸ਼ਨ ਵਗੈਰਾ ਹੋ ਜਾਂਦਾ ਇਹਨੂੰ ਰੋਕਣ ਵਾਸਤੇ, ਜਿਹੜੇ ਗੱਡੀਆਂ ਰੁਕਣ ਫਿਰ ਚੱਲਣ, ਅਤੇ ਟ੍ਰੈਫਿਕ ਪੁਲਿਸ ਵਾਲਿਆਂ ਦਾ ਫਰਜ਼ ਬਣਦਾ ਸੀ ਕਿ ਲਾਈਟ ਤੋਂ ਅੱਗੇ ਖੜੇ ਹੋਣਾ ਤਾਂ ਕਿ ਜੋ ਬੰਦਾ ਇਹਨਾਂ ਰੂਲਸ ਨੂੰ ਫੋਲੋ ਨਾ ਕਰੇ, ਲਾਈਟਾਂ ਨੂੰ ਫੋਲੋ ਨਾ ਕਰੇ, ਤਾਂ ਉਹਨਾਂ ਨੂੰ ਪਕੜ ਸਕਣ। ਪਰ ਸਾਡੇ ਟ੍ਰੈਫਿਕ ਪੁਲਿਸ ਵਾਲੇ ਇਹ ਆ ਕੇ ਸਿੱਧਾ ਬੱਤੀ ਦੇ ਥੱਲੇ ਵੀ ਥੱਲੇ ਖੜੇ ਹੋ ਜਾਂਦੇ, ਔਰ ਨਾ ਫਿਰ ਉਹ ਵੀ ਟ੍ਰੈਫਿਕ ਲਾਈਟ ਪਤਾ ਕੀ ਕਹਿੰਦੀ ਹੈ, ਕਹਿੰਦੀ ਭਾਈ ਹੁਣ ਮੈਨੂੰ ਵੀ ਗਰਮੀ ਲੱਗਣਾ ਸ਼ੁਰੂ ਹੋ ਗਈ ਹੈ, ਥੋੜ੍ਹੀ ਅੱਗੇ ਹੋ ਜਾ, ਇਹ ਹਾਲਤ ਹੈ। ਅਤੇ ਇਹ ਹਾਲਤ ਸਾਡੇ ਪੂਰੇ ਸ਼ਹਿਰ 'ਚ ਟ੍ਰੈਫਿਕ ਲਾਈਟਾਂ ਦਾ ਸਾਰੇ ਇਹੀ ਹਾਲ ਹੈ, ਅਤੇ ਇਹਨਾਂ ਦੀਆਂ ਟ੍ਰੈਫਿਕ ਲਾਈਟਾਂ ਮੈਨੂੰ ਸਮਝ ਨਹੀਂ ਆਉਂਦੀ ਕਿਤੇ ਕਿਤੇ ਜਗ੍ਹਾ ਪਤਾ ਕੀ ਹੁੰਦਾ, ਟ੍ਰੈਫਿਕ ਲਾਈਟਾਂ ਚੱਲ ਰਹੀਆਂ ਹੁੰਦੀਆਂ, ਪਰ ਨਾ ਜਦੋਂ ਕੋਈ VIP ਮੂਵਮੈਂਟ ਹੁੰਦੀ ਨਾ ਉਦੋਂ ਇਹ ਬੰਦ ਹੋ ਜਾਂਦੀ। ਮੈਨੂੰ ਸਮਝ ਨਹੀਂ ਆਉਂਦਾ ਇਹ ਕੀ ਹਿਸਾਬ ਕਿਤਾਬ ਹੈ, ਉਸ ਟਾਈਮ ਇਹ ਬੰਦ ਹੋ ਜਾਂਦੀਆਂ ਔਰ ਸਾਡੇ ਟ੍ਰੈਫਿਕ ਪੁਲਿਸ ਵਾਲੇ ਜਿਹੜੇ ਨੇ ਉਹ 2 ਮਿੰਟ 'ਚ ਮੂਵਮੈਂਟ 'ਚ ਆ ਜਾਂਦੇ, ਸਾਰਿਆਂ ਨੂੰ ਗੱਡੀਆਂ ਗੁੱਡੀਆਂ ਲਗਾਉਣਾ ਸ਼ੁਰੂ ਕਰ ਜਾਂਦੇ। ਉਹ ਟਾਈਮ ਹੁੰਦਾ ਜਦੋਂ ਉਹ ਇੱਕ ਸਹੀ ਤਰੀਕੇ ਨਾਲ ਕੰਮ ਕਰਦੇ, ਅਤੇ ਜੋ ਮੈਂ ਕਹਿਣਾ ਸੀ ਮੈਂ ਕਹਿ ਦਿੱਤਾ, ਤੁਸੀਂ ਕੱਢੋ ਗੱਲਾਂ।